ਸਾਨੂੰ ਅਸੀਂ ਦੱਸਿਆ ਵੀ 3 ਮਹੀਨੇ ਕਰਨੇ ਖੇਤੀ ਫੁੱਲਾਂ ਦੀ। ਹੁਣ ਜਾ ਵੀ ਪਹਿਲਾਂ ਲਾਏ ਸੀ, ਉਸ ਤੋਂ ਪਿਛਲੇ ਸੀਜ਼ਨ 'ਚ ਲਾਈ, ਪਿਛਲੀ ਗਰਮੀ 'ਚ ਲਾਏ ਸੀ ਜੇ ਚਿੱਟੇ ਫੁੱਲ। ਉਸ ਤੋਂ ਬਾਅਦ ਜਾਫਰੀ ਆ ਗਈ ਆ, ਜਾਫਰੀ ਤੋਂ ਬਾਅਦ ਫਿਰ ਗੈਂਡਾ ਆ ਜਾਣਾ, ਗੈਂਡਾ ਲੱਗੂਗਾ। ਇਹ ਸਿਰਫ ਜਿੰਨੇ ਕੋਰੇ ਪੈ ਗਏ ਜਾਫਰੀ ਬੰਦ ਹੋ ਜਾਣੀ ਆ, ਫਿਰ ਪੈਲੀ ਪਾ ਕੇ ਮਹੀਨਾ ਰਸਤ ਦਵਾ ਕੇ ਪੈਲੀ ਨੂੰ ਫਿਰ ਆਪਾਂ ਗੈਂਡਾ ਲਾਉਣਾ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਖਾਦਾਂ ਮਹਿੰਗੀਆਂ ਆਈਆਂ ਉਹਦਾ ਵੀ ਅਸਰ ਹੋਇਆ ਫੁੱਲਾਂ ਦੀ ਖੇਤੀ 'ਤੇ ਵੀ? ਜੇ ਮਿਲਣਗੀਆਂ ਤਾਂ ਆਪਾਂ ਖਾਦਾਂ ਪਾਉਣੀਆਂ, ਅਤੇ ਜੇ ਆਪਾਂ ਨੂੰ ਖਾਦਾਂ ਮਿਲ ਜਾਂਦਾ ਤਾਂ ਫਿਰ ਅਸਰ ਤਾਂ ਹੋਣਾ ਹੀ ਆ, ਫਿਰ ਉਹਨੇ ਚਾਲੂ ਕਿੱਥੋਂ ਹੋਣਾ, ਅਤੇ ਖਾਦਾਂ ਖੁਦਾਂ ਪਾਈਆਂ ਫਿਰ ਚਾਲੂ ਹੋਈਆਂ। ਕਿੰਨਾ ਸਮਾਂ ਲੱਗਦਾ? ਤਾਂ ਇਹਨੂੰ ਤੁਹਾਨੂੰ ਦੱਸਿਆ ਗਿਆ ਵੀ 3 ਮਹੀਨੇ ਲੱਗ ਜਾਂਦੇ ਆ, 3 ਮਹੀਨਿਆਂ ਤੋਂ ਪਹਿਲਾਂ ਤਿਆਰ ਹੁੰਦੀ। ਆਹ ਆਪਣੇ ਟਾਈਮ 'ਚ ਆ ਕੇ ਤਿਆਰ ਹੋਈ ਆ, ਇਹ ਆਪਣੇ ਲੋਕ ਗੇਤਰੀ ਲਾਈ ਸੀ ਅਤੇ ਆਪਣੇ ਟਾਈਮ 'ਚ ਆ ਕੇ ਤਿਆਰ ਹੋਈ ਆ। ਕੀ ਫੁੱਲ ਇੱਕ ਵਾਰੀ ਜੇ ਤੋੜ ਲੈਣ ਦੁਬਾਰਾ ਉੱਥੇ ਉੱਗਦਾ ਜਾਂ ਦੁਬਾਰਾ ਬੂਟਾ ਲਾਉਣਾ ਪੈਂਦਾ? ਇਹ ਵੇਖੋ ਜੀ, ਇਹ ਫੁੱਲ ਜਿਹੜੇ ਲੱਥੀ ਜਾਣੇ ਆ, ਜਦੋਂ ਕੋਰਾ ਪੈ ਗਿਆ ਨਾ, ਫਿਰ ਬੰਦ ਹੋ ਜਾਣੇ ਆ, ਫਿਰ ਮੁੜ ਕੇ ਬਾਲਣਾ, ਚੁੱਕ ਕੇ ਬਾਹਰ ਮਾਰਨਾ। ਸਾਨੂੰ ਅਸੀਂ ਦੱਸਿਆ ਵੀ 3 ਮਹੀਨੇ ਕਰਨੇ ਖੇਤੀ ਫੁੱਲਾਂ ਦੀ। ਹੁਣ ਜਾ ਵੀ ਪਹਿਲਾਂ ਲਾਏ ਸੀ, ਉਸ ਤੋਂ ਪਿਛਲੇ ਸੀਜ਼ਨ 'ਚ ਲਾਈ, ਪਿਛਲੀ ਗਰਮੀ 'ਚ ਲਾਏ ਸੀ ਜੇ ਚਿੱਟੇ ਫੁੱਲ। ਉਸ ਤੋਂ ਬਾਅਦ ਜਾਫਰੀ ਆ ਗਈ ਆ, ਜਾਫਰੀ ਤੋਂ ਬਾਅਦ ਫਿਰ ਗੈਂਡਾ ਆ ਜਾਣਾ, ਗੈਂਡਾ ਲੱਗੂਗਾ। ਇਹ ਸਿਰਫ ਜਿੰਨੇ ਕੋਰੇ ਪੈ ਗਏ ਜਾਫਰੀ ਬੰਦ ਹੋ ਜਾਣੀ ਆ, ਫਿਰ ਪੈਲੀ ਪਾ ਕੇ ਮਹੀਨਾ ਰਸਤ ਦਵਾ ਕੇ ਪੈਲੀ ਨੂੰ ਫਿਰ ਆਪਾਂ ਗੈਂਡਾ ਲਾਉਣਾ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਖਾਦਾਂ ਮਹਿੰਗੀਆਂ ਆਈਆਂ ਉਹਦਾ ਵੀ ਅਸਰ ਹੋਇਆ ਫੁੱਲਾਂ ਦੀ ਖੇਤੀ 'ਤੇ ਵੀ? ਜੇ ਮਿਲਣਗੀਆਂ ਤਾਂ ਆਪਾਂ ਖਾਦਾਂ ਪਾਉਣੀਆਂ, ਅਤੇ ਜੇ ਆਪਾਂ ਨੂੰ ਖਾਦਾਂ ਮਿਲ ਜਾਂਦਾ ਤਾਂ ਫਿਰ ਅਸਰ ਤਾਂ ਹੋਣਾ ਹੀ ਆ, ਫਿਰ ਉਹਨੇ ਚਾਲੂ ਕਿੱਥੋਂ ਹੋਣਾ, ਅਤੇ ਖਾਦਾਂ ਖੁਦਾਂ ਪਾਈਆਂ ਫਿਰ ਚਾਲੂ ਹੋਈਆਂ। ਕਿੰਨਾ ਸਮਾਂ ਲੱਗਦਾ? ਤਾਂ ਇਹਨੂੰ ਤੁਹਾਨੂੰ ਦੱਸਿਆ ਗਿਆ ਵੀ 3 ਮਹੀਨੇ ਲੱਗ ਜਾਂਦੇ ਆ, 3 ਮਹੀਨਿਆਂ ਤੋਂ ਪਹਿਲਾਂ ਤਿਆਰ ਹੁੰਦੀ। ਆਹ ਆਪਣੇ ਟਾਈਮ 'ਚ ਆ ਕੇ ਤਿਆਰ ਹੋਈ ਆ, ਇਹ ਆਪਣੇ ਲੋਕ ਗੇਤਰੀ ਲਾਈ ਸੀ ਅਤੇ ਆਪਣੇ ਟਾਈਮ 'ਚ ਆ ਕੇ ਤਿਆਰ ਹੋਈ ਆ। ਕੀ ਫੁੱਲ ਇੱਕ ਵਾਰੀ ਜੇ ਤੋੜ ਲੈਣ ਦੁਬਾਰਾ ਉੱਥੇ ਉੱਗਦਾ ਜਾਂ ਦੁਬਾਰਾ ਬੂਟਾ ਲਾਉਣਾ ਪੈਂਦਾ? ਇਹ ਵੇਖੋ ਜੀ, ਇਹ ਫੁੱਲ ਜਿਹੜੇ ਲੱਥੀ ਜਾਣੇ ਆ, ਜਦੋਂ ਕੋਰਾ ਪੈ ਗਿਆ ਨਾ, ਫਿਰ ਬੰਦ ਹੋ ਜਾਣੇ ਆ, ਫਿਰ ਮੁੜ ਕੇ ਬਾਲਣਾ, ਚੁੱਕ ਕੇ ਬਾਹਰ ਮਾਰਨਾ। ਸਾਨੂੰ ਅਸੀਂ ਦੱਸਿਆ ਵੀ 3 ਮਹੀਨੇ ਕਰਨੇ ਖੇਤੀ ਫੁੱਲਾਂ ਦੀ। ਹੁਣ ਜਾ ਵੀ ਪਹਿਲਾਂ ਲਾਏ ਸੀ, ਉਸ ਤੋਂ ਪਿਛਲੇ ਸੀਜ਼ਨ 'ਚ ਲਾਈ, ਪਿਛਲੀ ਗਰਮੀ 'ਚ ਲਾਏ ਸੀ ਜੇ ਚਿੱਟੇ ਫੁੱਲ। ਉਸ ਤੋਂ ਬਾਅਦ ਜਾਫਰੀ ਆ ਗਈ ਆ, ਜਾਫਰੀ ਤੋਂ ਬਾਅਦ ਫਿਰ ਗੈਂਡਾ ਆ ਜਾਣਾ, ਗੈਂਡਾ ਲੱਗੂਗਾ। ਇਹ ਸਿਰਫ ਜਿੰਨੇ ਕੋਰੇ ਪੈ ਗਏ ਜਾਫਰੀ ਬੰਦ ਹੋ ਜਾਣੀ ਆ, ਫਿਰ ਪੈਲੀ ਪਾ ਕੇ ਮਹੀਨਾ ਰਸਤ ਦਵਾ ਕੇ ਪੈਲੀ ਨੂੰ ਫਿਰ ਆਪਾਂ ਗੈਂਡਾ ਲਾਉਣਾ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਖਾਦਾਂ ਮਹਿੰਗੀਆਂ ਆਈਆਂ ਉਹਦਾ ਵੀ ਅਸਰ ਹੋਇਆ ਫੁੱਲਾਂ ਦੀ ਖੇਤੀ 'ਤੇ ਵੀ? ਜੇ ਮਿਲਣਗੀਆਂ ਤਾਂ ਆਪਾਂ ਖਾਦਾਂ ਪਾਉਣੀਆਂ, ਅਤੇ ਜੇ ਆਪਾਂ ਨੂੰ ਖਾਦਾਂ ਮਿਲ ਜਾਂਦਾ ਤਾਂ ਫਿਰ ਅਸਰ ਤਾਂ ਹੋਣਾ ਹੀ ਆ, ਫਿਰ ਉਹਨੇ ਚਾਲੂ ਕਿੱਥੋਂ ਹੋਣਾ, ਅਤੇ ਖਾਦਾਂ ਖੁਦਾਂ ਪਾਈਆਂ ਫਿਰ ਚਾਲੂ ਹੋਈਆਂ। ਕਿੰਨਾ ਸਮਾਂ ਲੱਗਦਾ? ਤਾਂ ਇਹਨੂੰ ਤੁਹਾਨੂੰ ਦੱਸਿਆ ਗਿਆ ਵੀ 3 ਮਹੀਨੇ ਲੱਗ ਜਾਂਦੇ ਆ, 3 ਮਹੀਨਿਆਂ ਤੋਂ ਪਹਿਲਾਂ ਤਿਆਰ ਹੁੰਦੀ। ਆਹ ਆਪਣੇ ਟਾਈਮ 'ਚ ਆ ਕੇ ਤਿਆਰ ਹੋਈ ਆ, ਇਹ ਆਪਣੇ ਲੋਕ ਗੇਤਰੀ ਲਾਈ ਸੀ ਅਤੇ ਆਪਣੇ ਟਾਈਮ 'ਚ ਆ ਕੇ ਤਿਆਰ ਹੋਈ ਆ। ਕੀ ਫੁੱਲ ਇੱਕ ਵਾਰੀ ਜੇ ਤੋੜ ਲੈਣ ਦੁਬਾਰਾ ਉੱਥੇ ਉੱਗਦਾ ਜਾਂ ਦੁਬਾਰਾ ਬੂਟਾ ਲਾਉਣਾ ਪੈਂਦਾ? ਇਹ ਵੇਖੋ ਜੀ, ਇਹ ਫੁੱਲ ਜਿਹੜੇ ਲੱਥੀ ਜਾਣੇ ਆ, ਜਦੋਂ ਕੋਰਾ ਪੈ ਗਿਆ ਨਾ, ਫਿਰ ਬੰਦ ਹੋ ਜਾਣੇ ਆ, ਫਿਰ ਮੁੜ ਕੇ ਬਾਲਣਾ, ਚੁੱਕ ਕੇ ਬਾਹਰ ਮਾਰਨਾ।